ਕਰਦੇ ਹਾਂ ਸਾਰੇ ਵਧੀਆ ਹੋਵੋ ਇਸ ਵਾਰ ਦੀ ਜੋ ਵੀਡੀਓ ਮਹਿੰਦਰਾ ਸਕੋਰਪੀਓ ਤੇ ਜੋ ਕਿ ਬਹੁਤ ਹੀ ਵਧੀਆ ਮੋਡੀਫਾਈਡ ਹੈ ਜਿਹਦੇ ਵਿੱਚ ਅਲੋਏ ਵੀਲਸ ਆ ਹਾਈ ਐਂਡ ਸਿਸਟਮ ਹੈ ਇੰਟੀਰੀਅਰ ਹੈ ਮੋਨੋ ਰੂਫ ਹੈ ਸੋ ਤੁਹਾਨੂੰ ਭਰਾ ਨਾਲ ਬੁਲਾਉਂਦੇ ਪਹਿਲੇ ਕੀ ਹਾਲ ਭਾਜੀ ਬਹੁਤ ਵਧੀਆ ਭਾਜੀ ਭਾਜੀ ਪਹਿਲੇ ਆਪਣਾ ਨਾਮ ਦੱਸੋ ਮੇਰਾ ਨਾਮ ਅੰਕੁਸ਼ ਜੀ ਭਾਜੀ ਕਿਹੜਾ ਮਾਡਲ ਗੱਡੀ ਹੈ ਇਹ ਭਾਜੀ 2017 ਮਾਡਲ ਹੈ ਜੀ ਅੱਛਾ ਤੇ ਕਿਹੜਾ ਵੇਰੀਐਂਟ ਹੈ ਬੇਸ ਹੈ ਜਾਂ ਟੌਪ ਹੈ ਜੀ ਇਹ ਭਾਜੀ ਬੇਸ ਮਾਡਲ ਆ ਅੱਛਾ ਜੀ ਤੁਸੀਂ ਭਾਜੀ ਕੀ ਕੰਮ ਕਰਾਇਆ ਥੋੜਾ ਦੱਸੋਗੇ ਭਾਜੀ ਇੱਕ ਚਾਪਾ ਲਵਾਇਆ ਮੂਨ ਰੂਫ ਹਾਂਜੀ ਅਲਵਾਏ ਹਾਂਜੀ ਮਿਊਜ਼ਿਕ ਸਿਸਟਮ ਇੰਟੀਰੀਅਰ ਹਾਂਜੀ ਐਚਡੀ ਲਾਈਟਾਂ ਹਾਂਜੀ ਗ੍ਰਿਲ ਲਵਾਈ ਭਾਜੀ ਸਕੋਰਪੀਓ ਦੀ ਆਪਾਂ बाकी तुसी तुहानू वीडियो दिखावांगे भरा ने की मोडिफिकेशन किन्ने प्राइस कराई सो वीडियो नू पूरा देखना ते चैनल नू सब्सक्राइब जरूर करना गाइस तुसी चैक कर सकते हो महिंद्रा स्कॉर्पियो बेस मॉडल जो कि बहुत ही वधिया मोडिफाइड है तुसी चैक कर सकते हो इहदे विच भाई ने पहले लगवाई ग्रिल भाजी इह ग्रिल दे विच लाइट चलदी है हाँ जी भाजी वाइट कलर की लाइट चलदी है ग्रिल च अच्छा जी हाँ जी ते भाजी इह जिहड़े हैडलाइट है ਇਨਾ ਵਿੱਚ ਤੁਸੀਂ ਐਲਈਡੀ ਪਾਈ ਹੈ ਐਚਆਈਡੀ ਪਾਈ ਹੈ ਐਚਆਈਡੀ ਹੈ ਭਾਜੀ ਐਚਆਈਡੀ ਹਾਂਜੀ ਤੇ ਕਿੱਦਾਂ ਦਾ ਰਿਸਪੌਂਸ ਭਾਜੀ ਰਾਤ ਨੂੰ ਭਾਈ ਬਹੁਤ ਵਧੀਆ ਰਿਸਪੌਂਸ ਆ ਹਾਂਜੀ ਹਾਂਜੀ ਠੀਕ ਹੈ ਤੇ ਅਲੋਏ ਵੀ ਚੈੱਕ ਕਰ ਸਕਦੇ ਆ ਤੁਸੀਂ ਕਿੰਨੇ ਵਧੀਆ ਹੈ ਤੇ ਤੁਹਾਨੂੰ ਟਾਇਰ ਸਾਈਜ਼ ਚੈੱਕ ਕਰਵਾਉਣਾ 28550R20 ਵੇਂਚ ਦੇ ਅਲੋਏ ਵੀ ਸੈਟ ਡਨਲਪ ਦੇ ਟਾਇਰ ਹੈ ਕਿੰਨੇ ਵਧੀਆ ਸਾਈਡ ਤੋਂ ਲੁੱਕ ਆ ਰਹੀ ਹੈ ਸੋ ਭਾਜੀ ਅਲੋਏ ਵੀ 20 ਇੰਚ ਦੇ ਪਾਏ ਕੋਈ ਦਿੱਕਤ ਨਹੀਂ ਆ ਰਹੀ ਤੁਹਾਨੂੰ ਨਹੀਂ ਭਾਜੀ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਅੱਛਾ ਜੀ ਚਲਾਨ ਚ ਕੋਈ ਦਿੱਕਤ ਕੋਈ ਗੱਡੀ ਤੇ ਨਹੀਂ ਲੱਗਦੀ ਨਹੀਂ ਭਾਜੀ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਤੇ ਚੈੱਕ ਕਰ ਸਕਦੇ ਹੋ ਕਿੰਨੀ ਵਧੀਆ ਗੱਡੀ ਹੈ ਤੇ ਬਾਕੀ ਭਾਜੀ ਹੋਰ ਕੀ ਕੰਮ ਕਰਵਾਇਆ ਤੁਸੀਂ ਭਾਜੀ ਮੂਨ ਰੂਫ ਆ ਇੱਕ ਅੱਛਾ ਜੀ ਹਾਂਜੀ ਖੋਲ ਕੇ ਦਿਖਾਓ ਭਾਈ ਗੱਡੀ ਮੂਨ ਰੂਫ ਲੋ ਜੀ ਹਲੋ ਗਾਇਸ ਤੁਸੀਂ ਚੈੱਕ ਕਰ ਸਕਦੇ ਹੋ ਇੰਟੀਰੀਅਰ ਕਿੰਨਾ ਵਧੀਆ ਹੈ ਪੂਰਾ ਇੰਟੀਰੀਅਰ ਕਰਵਾਇਆ ਭਾਜੀ ਨੇ ਮੂਨ ਰੂਫ ਚੈੱਕ ਕਰ ਸਕਦੇ ਹੋ ਕਿੰਨੀ ਵਧੀਆ ਪੂਰੀ ਇੱਕ ਤਾਂ ਸਨਰੂਫ ਹੁੰਦੀ ਹੈ ਭਾਈ ਨੇ ਪੂਰੀ ਮੂਨ ਰੂਫ ਕਰਵਾਈ ਹੈ ਤੇ ਲੁੱਕ ਚੈੱਕ ਕਰ ਸਕਦੇ ਹੋ ਕਿੰਨੀ ਵਧੀਆ ਹੈ ਤੇ ਭਾਜੀ ਮੂਨ ਰੂਫ ਨਾਲ ਕੋਈ ਦਿੱਕਤ ਨਹੀਂ ਆ ਰਹੀ ਨਹੀਂ ਭਾਜੀ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਕੋਈ ਦਿੱਕਤ ਨਹੀਂ ਨਹੀਂ ਭਾਜੀ ਠੀਕ ਹੈ ਭਾਜੀ ਤੇ ਭਾਜੀ ਵੈਸੇ ਇਹ ਕੰਮ ਕਿੱਥੋਂ ਕਰਵਾਈ ਮੂਨ ਰੂਫ ਇਹ ਭਾਜੀ ਆਪਣੇ ਬਿਗ ਡੈਡੀ ਮੋਡੀਫਾਇਰ ਜਲੰਧਰ ਤੁਹਾਨੂੰ ਪਤਾ ਹੀ ਹੋਣਾ ਭਾਜੀ ਠੀਕ ਹੈ ਉਹਨਾਂ ਨੂੰ ਕਰਾਈ ਤੇ ਬਾਕੀ ਤੁਸੀਂ ਇੰਟੀਰੀਅਰ ਚੈੱਕ ਕਰ ਸਕਦੇ ਹੋ ਸੀਟ ਕਵਰ ਬਕਟ ਸੀਟ ਕਵਰ ਪੂਰੇ ਇੰਟੀਰੀਅਰ ਹੈ ਤੇ ਭਾਜੀ ਬੇਸ ਮਾਡਲ ਤੁਸੀਂ ਖੁਦ ਹੀ ਤਿਆਰ ਕਰਵਾ ਸਾਰਾ ਹਾਂਜੀ ਭਾਜੀ ਠੀਕ ਹੈ ਤੇ ਹੋਰ ਅੱਛਾ ਸਿਸਟਮ ਭਾਜੀ ਕਿਹੜਾ ਲਗਵਾਇਆ ਤੁਸੀਂ ਸਿਸਟਮ ਭਾਜੀ ਇਹਦੇ ਵਿੱਚ ਪਾਇਨਰ ਦਾ ਲੱਗਾ ਜੀ ਪਾਇਨਰ ਦਾ ਲੱਗਾ ਹਾਂਜੀ ਸਿਸਟਮ ਚ ਕੀ ਲਗਵਾਇਆ ਤੁਸੀਂ ਸਿਸਟਮ ਦੇ ਵਿੱਚ ਭਾਜੀ ਆਪਣੇ ਦੋ ਲੱਗੇ 21 ਅੱਛਾ ਜੀ ਤੇ ਬੁਲਟ ਸਪੀਕਰਸ ਆ ਪਾਇਨਰ ਦੇ ਕਿੰਨੇ ਸਪੀਕਰ ਭਾਜੀ ਭਾਈ ਟੋਟਲ 8 ਸਪੀਕਰ ਲਾਏ ਆਪਾਂ ਪਿੱਛੇ ਅੱਛਾ 8 ਸਪੀਕਰ ਹਾਂਜੀ ਤੇ ਤੁਸੀਂ ਇਹ TS20 ਵੀ ਦੇਖ ਸਕਦੇ ਹੋ ਪਾਇਨਰ ਦੇ ਤਾਂ ਮੱਕੇ ਦੋ ਆ ਹੋ ਗਏ 8 10 ਸਪੀਕਰ ਹੋ ਗਏ ਹਾਂਜੀ ਅੱਛਾ ਤੇ ਬੇਸ ਕਿੰਨੇ ਲਗਵਾਈਆਂ ਭਾਜੀ ਬੇਸ ਭਾਜੀ ਦੋ ਆ ਦੋ ਬੇਸ ਹੈ ਹਾਂਜੀ ਤੇ ਜਿਹੜਾ ਹੈਡ ਯੂਨਿਟ ਹੈ ਭਾਈ ਕਿਹੜਾ ਲਗਵਾਇਆ ਤੁਸੀਂ ਇਹ ਪਾਇਨਰ ਦਾ ਭਾਜੀ ਇਹ ਚਲਾ ਕੇ ਦਿਖਾਈਓ ਇਹ ਦੇਖੋ ਟੱਚ ਵਾਲਾ ਭਾਜੀ ਨੇ ਪਾਇਨਰ ਦਾ ਲਗਵਾਇਆ ਜੋ ਕਿ ਜੋ ਟੱਚ ਆਪਣੇ ਆਪ ਬਾਹਰ ਆਉਂਦੀ ਜੋ ਕਿ ਬਹੁਤ ਹੀ ਵਧੀਆ ਭਾਜੀ ਆਊਟਪੁੱਟ ਕਿੱਦਾਂ ਸਿਸਟਮ ਦਾ ਭਾਜੀ ਬਹੁਤ ਵਧੀਆ ਜੀ ਹਾਈ ਐਂਡ ਸਿਸਟਮ ਹੈ ਹਾਈ ਐਂਡ ਹੈ ਜੀ ਪੂਰੇ ਠੀਕ ਹੈ ਕਿਤੇ ਗੱਡੀ ਚੈੱਕ ਕਰ ਸਕਦੇ ਹੋ ਕਿੰਨੀ ਵਧੀਆ ਹੈ ਬਾਰਿਸ਼ ਆ ਗਈ ਹੈ ਲੋਕ ਚੈੱਕ ਕਰ ਸਕਦੇ ਹੋ ਕਿੰਨੀ ਘੈਂਟ ਹੈ ਗੱਡੀ ਦੀ ਤੇ ਬਾਕੀ ਭਾਜੀ ਨੇ ਇੰਟੀਰੀਅਰ ਦੇ ਵਿੱਚ 70 ਮੈਟ ਵੀ ਲਗਵਾਏ ਬਾਕੀ ਜੋ ਭਾਈ ਨੇ ਸਿਸਟਮ ਲਗਵਾਇਆ ਉਹ ਤੁਹਾਨੂੰ ਅਸੀਂ ਚੈੱਕ ਕਰਵਾਉਂਦੇ ਹਾਂ ਭਾਈ ਆਪਣਾ ਸਿਸਟਮ ਚੈੱਕ ਕਰਵਾਈਓ ਤੁਸੀਂ ਚੈੱਕ ਕਰ ਸਕਦੇ ਹੋ ਭਾਈ ਨੇ 1 2 3 8 ਸਪੀਕਰ ਲਗਵਾਏ ਭਾਈ ਨੇ ਤੇ 2 ਬੇਸ ਹੈ ਜੋ ਕਿ ਬਹੁਤ ਹੀ ਹਾਈ ਐਂਡ ਸਿਸਟਮ ਹੈ ਤੇ ਭਾਜੀ ਗੱਡੀ ਡੰਪ ਡੂਮ ਕਰਵਾਈ ਹੈ ਵਿੱਚ ਹਾਂਜੀ ਭਾਜੀ ਡੰਪਿੰਗ ਕਰਾਈ ਹੈ ਜੀ ਪੂਰੀ ਗੱਡੀ ਕਰਵਾਈ ਪੰਕ ਕੌੜੀ ਦੀ ਹਾਂਜੀ ਅੱਛਾ ਜੀ ਬਾਕੀ ਤੁਸੀਂ ਗੱਡੀ ਦਾ ਤੁਹਾਨੂੰ ਆਊਟਪੁੱਟ ਸੁਣਾਵਾਂਗੇ ਇਹਦਾ ਜੋ ਕਿ ਹਾਈ ਐਂਡ ਸਿਸਟਮ ਤੁਸੀਂ ਕਹਿ ਸਕਦੇ ਹੋ ਬੇਸ ਮਾਡਲ ਲੈ ਕੇ ਭਾਈ ਨੇ ਪੂਰੀ ਗੱਡੀ ਤਿਆਰ ਕਰਵਾਈ ਹੈ ਮੋਨੋ ਰੂਫ ਤੁਸੀਂ ਚੈੱਕ ਕਰ ਸਕਦੇ ਹੋ ਬਾਰਿਸ਼ ਪੈ ਰਹੀ ਹੈ ਕਿੰਨਾ ਹਾਈ ਐਂਡ ਸਿਸਟਮ ਹੈ ਗੱਡੀ ਤੁਸੀਂ ਚੈੱਕ ਕਰ ਸਕਦੇ ਹੋ ਰੈੱਡ ਕਲਰ ਦੀ ਜੋ ਕਿ ਬਹੁਤ ਹੀ ਘੱਟ ਲੋਕ ਲੈਂਦੇ ਜ਼ਿਆਦਾਤਰ ਵਾਈਟ ਜਾਂ ਬਲੈਕ ਤੁਸੀਂ ਦੇਖੀ ਹੋਣੀ ਹੈ ਤੇ ਭਾਜੀ ਹੋਰ ਕੀ ਕੰਮ ਕਰਵਾਇਆ ਤੁਸੀਂ ਇੱਕ ਭਾਜੀ ਇਹਦੇ ਵਿੱਚ ਆਪਾਂ ਰੂਫ ਰੇਲਸ ਬੇਸ ਮਾਡਲ ਚਾਹੁੰਦੀ ਨਹੀਂ ਬੇਸ ਮਾਡਲ ਚਾਹੁੰਦੀਆਂ ਨਹੀਂ ਅਸੀਂ ਆਪ ਲਵਾਈਆਂ ਜੀ ਠੀਕ ਹੈ ਜੀ ਇੱਕ ਸਪੋਇਲਰ ਹੈ ਜੀ ਸਪੋਇਲਰ ਹਾਂਜੀ ਠੀਕ ਹੈ ਤਾਂ ਭਾਜੀ ਨੇ ਬੇਸ ਮਾਡਲ ਲੈ ਕੇ ਬਹੁਤ ਹੀ ਵਧੀਆ ਜਿਹਨੂੰ ਕਹਿੰਦਾ ਟੌਪ ਤੋਂ ਵੀ ਉੱਪਰ ਭਾਈ ਨੇ ਮੋਡੀਫਾਈਡ ਕਰਵਾਇਆ ਜੋ ਕਿ ਬਹੁਤ ਹੀ ਵਧੀਆ ਗੱਡੀ ਲੁੱਕ ਆ ਰਹੀ ਹੈ 20 ਇੰਚ ਅਲੋਏ ਵੀਲਸ ਆ ਹਾਈ ਐਂਡ ਸਿਸਟਮ ਹੈ ਅਲੋਏ ਵੀਲਸ ਹੈ ਤੇ ਇੰਟੀਰੀਅਰ ਜੋ ਕਿ ਬਹੁਤ ਵਧੀਆ ਤੇ ਸਭ ਤੋਂ ਵਧੀਆ ਜਿਹੜੀ ਮੋਨ ਰੂਫ ਲਗਵਾਈ ਭਾਈ ਨੇ ਕਿੰਨੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਮੋਨੋ ਰੂਫ ਤੇ ਇੰਟੀਰੀਅਰ ਵੀ ਬਹੁਤ ਹੀ ਵਧੀਆ ਬਾਕੀ ਤੁਹਾਨੂੰ ਜਿਹੜਾ ਸਿਸਟਮ ਭਾਈ ਨੇ ਲਗਾਇਆ ਉਹਦਾ ਆਊਟਪੁੱਟ ਤੁਹਾਨੂੰ ਸੁਣਾਉਂਦੇ ਹਾਂ
दोस्तों तुम चैक किया भाई ने इस महिंद्रा स्कॉर्पियो बेस मॉडल को कितना बढ़िया मॉडिफाइड करवाया। सो भाई मैंने पहले पूछना है रेड कलर क्यों लिया? भाई रेड कलर इस करके लिया क्योंकि बहुत घट लोगों का डिफरेंट चीज है, मैं कोई डिफरेंट चीज तैयार करना चाहना इस करके भाई रेड कलर लिया। ठीक है तो भाई तुम जो अलॉय व्हील्स लगवाए कितने दे लगवाए कुछ पता? ये भाई अपन 1,14 दे पै गए जी। 1,14,000? हाँ जी। तो बाकी भाई पूरा गड्डी कितना पैसा स्पेंड करता तुम? 2.5 to 3 दे विच लग गया। अच्छा 2.5 to 3 lakh रुपया। हाँ जी ठीक है। बाकी होर भी कुछ करवाना भाजी गड्डी दे विच? भाई हजे तुहानू बहुत जल्द दिखावांगे दोबारा तैयार करके नैक्सट वीडियो विच जरूर, बहुत जल्द तो जल्द। ठीक है। बाकी भाई ने कहा कि गड्डी नू रैप भी करवाएगा शायद, सोच करवाण दा सोच रहा। बाकी भाई दी गड्डी किद्दां लगी कमेंट करके जरूर दसना, वीडियो नू लाइक ते चैनल सब्सक्राइब जरूर करना। सो मिलते हैं नैक्सट वीडियो। थैंक यू।